ਪੰਜਾਬ ਪ੍ਰਦੇਸ਼ 19 ਸਤੰਬਰ ਨੂੰ ਪੰਚਾਇਤ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ 'ਚ ਹੋਣ ਵਾਲੀਆਂ ਚੋਣਾਂ ਦੀ ਨਾਮਜ਼ਦਗੀ ਭਰਨ ਦੀ ਕੜੀ ਦੇ ਤਹਿਤ ਜ਼ਿਲ੍ਹਾ ਕਪੂਰਥਲਾ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੀ ਕੁੱਲ 10 ਸੀਟਾਂ ਦੇ ਲਈ ਚੋਣ ਲੜਨ ਦੇ ਲਈ ਕਪੂਰਥਲਾ ਅਤੇ ਪੁਲਾਤ ਖੇਤਰ ਤੋਂ ਕੁੱਲ 7 ਉਮੀਦਵਾਰਾਂ ਨੇ ਸਹਾਇਕ ਡਿਪਟੀ ਕਮਿਸ਼ਨਰ ਕਪੂਰਥਲਾ ਕਮ ਰਿਟਰਿੰਗ ਅਧਿਕਾਰੀ ਰਾਹੁਲ ਚਾਬਾ ਨੂੰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ। ਬਹੁਤ ਵੱਡਾ ਮਾਣ ਜਿਹੜਾ ਹਲਕਾ ਪਲੱਸ ਨੂੰ ਦਿੱਤਾ ਹੈ ਅਤੇ ਸਾਡੇ ਜਿਹੜੇ ਅੱਜ ਦੇ ਕੈਂਡੀਡੇਟ ਹੈ ਨੰਗਲ ਬਾਣਾ ਜ਼ੋਨ ਤੋਂ ਬੀਬਾ ਰਜਨੀਤ ਕੌਰ ਅਤੇ ਲੱਖਣ ਕੇ ਵੱਡੇ ਜ਼ੋਨ ਤੋਂ ਬੀਬਾ ਕਵਲਜੀਤ ਕੌਰ ਅਤੇ ਸਾਡੇ ਜਿਹੜੇ ਜਨਰਲ ਕੈਟਾਗਰੀ 'ਚ ਜਿਹੜਾ ਸਾਡਾ ਹਲਕਾ ਆਇਆ ਸੀਗਾ ਜਮੀਦੀ ਜ਼ੋਨ, ਉਹਦੇ ਤੋਂ ਸਾਡੇ ਸੁਖਜੀਤ ਸਿੰਘ ਜੀ ਸੰਗੋਇਲਾ ਤੋਂ ਸਰਪੰਚ ਉਹ ਚੋਣ ਲੜਨ ਜਾ ਰਹੇ ਨੇ ਅਤੇ ਬਹੁਤ ਵਧੀਆ ਮਾਹੌਲ ਜਿਹੜਾ ਪਿੰਡਾਂ 'ਚ ਬਣਿਆ ਹੋਇਆ। ਜਿਹੜੇ ਲੋਕ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਹੱਕ 'ਚ ਫਤਵਾ ਦੇਣ ਲਈ ਇੰਨੇ ਕਾਹਲੇ ਨੇ, ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਵੀ ਕਿਸ ਦਿਨ ਜਿਹੜੀਆਂ ਵੋਟਾਂ ਪੈਣ ਅਤੇ ਅਸੀਂ ਜਿਹੜਾ ਕਾਂਗਰਸ ਨੂੰ ਜਵਾਬ ਦੇ ਸਕੀਏ, ਜਿਹੜੇ ਉਹਨਾਂ ਨੇ ਝੂਠੇ ਲਾਰੇ ਲਾ ਕੇ ਪੰਜਾਬ ਸਰਕਾਰ ਬਣਾਈ ਸੀ, ਲੋਕਾਂ ਦੇ ਨਾਲ ਧੱਕਾ ਕੀਤਾ ਸੀ, ਝੂਠ ਬੋਲਿਆ ਸੀ, ਉਹਦਾ ਜਵਾਬ ਦੇਣ ਲਈ ਲੋਕ ਅੱਜ ਇੰਨੇ ਬੇਕਰਾਰ ਨੇ ਵੀ ਉਹ ਚਾਹੁੰਦੇ ਆ ਵੀ ਜਲਦ ਤੋਂ ਜਲਦ ਜਿਹੜੀਆਂ ਵੋਟਾਂ ਪੈਣ। ਅਤੇ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਫਤਵਾ ਦਈਏ ਵੀ ਆਉਣ ਵਾਲੀ 2022 'ਚ ਜਿਹੜੀ ਸਰਕਾਰ ਹੈ ਉਹ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਪੰਜਾਬ 'ਚ ਬਣਾਏਗਾ। ਕਪੂਰਥਲਾ ਤੋਂ ਸਾਜਨ ਖੋਸਲਾ ਦੇ ਨਾਲ ਨਰੇਸ਼ ਖੋਸਲਾ ਦੀ ਰਿਪੋਰਟ, ਚੈਨਲ 2।